ਮੈਂ ਉਸ ਵੇਲੇ ਮੈਂਬਰ ਪਾਰਲੀਮੈਂਟ ਵੀ ਸੀ। ਅਸੀਂ ਬਾਦਲ ਸਾਹਿਬ ਦੇ ਕੋਲ ਗਏ ਸੀਗੇ ਸਾਹਮਣੇ ਜੀ। ਉੱਥੇ ਬਾਦਲ ਸਾਹਿਬ ਨੂੰ ਕਿਹਾ ਕਿ ਜਥੇਦਾਰ ਕੌਂਕੇ ਨੂੰ ਇੱਕ ਇੱਕ ਗੁੱਟ ਵੱਢ ਕੇ ਅਤੇ ਪਲਾਸਟਿਕ ਦੀਆਂ ਫਰਟੀਲਾਈਜ਼ਰ ਦੀਆਂ ਬੋਰੀਆਂ 'ਚ ਪਾ ਕੇ ਸਤਲੁਜ ਦੇ ਵਿੱਚ ਬੇੜੀ ਲਿਜਾ ਕੇ ਅਤੇ ਉਹ ਸਾਰੀਆਂ ਬੋਰੀਆਂ ਨੂੰ ਪਾਣੀ ਦੇ ਵਿੱਚ ਸੁੱਟਿਆ ਗਿਆ ਮੱਛੀਆਂ ਦੇ ਲਈ, ਅਤੇ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਇਹ ਸਾਡੇ ਦੋਨਾਂ ਦੇ ਕਰਕੇ ਬਾਦਲ ਸਾਹਿਬ ਨੇ ਮਨਜ਼ੂਰੀ ਦਿੱਤੀ ਸੀ ਕਿ ਇਹ ਇਨਕੁਆਇਰੀ ਹੋਵੇ। ਅਤੇ ਬੀਪੀ ਤਿਵਾੜੀ ਇੱਕ ਬਹੁਤ ਓਨੈਸਟ ਆਫਿਸਰ ਸੀਗੇ, ਉਹਨਾਂ ਨੇ ਸਾਰਾ ਕੁਛ ਘਿਓ ਦਾ ਘਿਓ ਪਾਣੀ ਦਾ ਪਾਣੀ ਕਰਕੇ ਆਪਣੀ ਰਿਪੋਰਟ ਦੇ ਦਿੱਤੀ। ਇਸ ਨੂੰ ਅਸੀਂ ਅਸਰ ਉਸੇ ਵੇਲੇ ਕਰਤਾ ਸੀਗਾ ਜਦੋਂ ਤਿਵਾੜੀ ਸਾਹਿਬ ਦੀ ਨਿਕਲੀ ਹੈ, ਅਤੇ ਅਸੀਂ ਹਾਈਕੋਰਟ ਦੇ ਵਿੱਚ ਮੁਕੱਦਮਾ ਵੀ ਕੀਤਾ ਸੀਗਾ। ਅਤੇ ਜਸਕਰਨ ਸਿੰਘ ਜਿਹੜੇ ਸਾਡੇ ਮੈਂਬਰ ਸੀਗੇ ਪਾਰਟੀ ਦੇ ਸੀਨੀਅਰ, ਉਹ ਉਸ ਵੇਲੇ ਕੌਂਕੇ ਸਾਹਿਬ ਜਦੋਂ ਡਿਟੇਨ ਹੋਏ ਹੋਏ ਸੀਗੇ ਉਸੇ ਜੇਲ੍ਹ ਦੇ CIA ਸੈਂਟਰ ਦੇ ਵਿੱਚ ਉਹ ਵੀ ਡਿਟੇਨ ਹੋਏ ਹੋਏ ਸੀਗੇ। ਉਹਨਾਂ ਦਾ ਹਰਫੀਆ ਬਿਆਨ ਲੈ ਕੇ ਅਸੀਂ ਹਾਈਕੋਰਟ ਦੇ ਵਿੱਚ ਸਾਡੇ ਜਿਹੜੇ ਵਕੀਲ ਹੈਗੇ ਆ ਰੰਜਨ ਲੱਖਣਪਾਲ ਜੀ, ਉਹਨਾਂ ਦੇ ਰਾਹੀਂ ਹਾਈਕੋਰਟ ਦੇ ਵਿੱਚ ਕੇਸ ਕੀਤਾ ਸੀ ਕਿ ਇਹਦੀ CBI ਦੀ ਇਨਕੁਆਇਰੀ ਕੀਤੀ ਜਾਵੇ। ਪਰ ਸਾਡੀ ਜਿਹੜੀ ਰਿਟ ਪਟੀਸ਼ਨ ਸੀ ਉਹ ਹਾਈਕੋਰਟ ਨੇ ਰੱਦ ਕਰਤੀ ਸੀਗੀ। ਸੋ ਇਹ ਫੈਕਟਸ ਨੇ ਕਿ ਅਸੀਂ ਅਣਗਹਿਲੀ ਨਹੀਂ ਕੀਤੀ ਹੈ। ਅਸੀਂ ਬਿਲਕੁਲ ਸਾਰੇ ਜਿੰਨੇ ਵੀ ਜਬਰ ਹੋਏ ਹੈ ਉੱਥੇ ਮੁੱਢ ਤੱਕ ਪਹੁੰਚੇ ਹੈ, ਅਤੇ ਅਸੀਂ ਆਪਣਾ ਕੰਮ ਜਾਰੀ ਰੱਖਿਆ। ਇਹੋ ਜਿਹੀ ਕੋਈ ਗੱਲ ਨਹੀਂ ਕਿ ਹਿਊਮਨ ਰਾਈਟਸ ਨੇ ਕਰਤਾ, ਫਲਾਣੇ ਨੇ ਕਰਤਾ। ਇਹ ਰਿਕਾਰਡ ਦੇ ਉੱਤੇ ਹੈ ਕਿ ਸਾਡੀ ਰਿਟ ਵੀ ਹੋਈ ਹੈ, ਅਤੇ ਜਸਕਰਨ ਸਿੰਘ ਜੀ ਦੇ ਬਿਆਨ ਵੀ ਹੈਗੇ ਹੈ ਕਿ ਕਿਵੇਂ ਕਿਵੇਂ ਉਹਨੂੰ ਵੱਢ ਕੇ ਇਸ ਤਰ੍ਹਾਂ ਟੂਣੀ ਤੋਂ ਮੋਢੇ ਤੋਂ ਟੋਟੇ ਟੋਟੇ ਕਰਕੇ ਫਰਟੀਲਾਈਜ਼ਰ ਦੀਆਂ ਜਿਹੜੀਆਂ ਬੋਰੀਆਂ ਹੁੰਦੀਆਂ 50 ਕਿਲੋ ਦੀਆਂ, ਉਹ ਪਲਾਸਟਿਕ ਦੀਆਂ ਹੁੰਦੀਆਂ, ਉਹਨਾਂ ਦੇ ਵਿੱਚ ਪਾ ਕੇ ਫਿਰ ਸਤਲੁਜ ਦੇ ਵਿੱਚ ਉਹ ਸਾਰੀ ਉਹਦੀ ਬੋਡੀ ਟੋਟੇ ਮੱਛੀਆਂ ਨੂੰ ਖਵਾਤੀਆਂ। SGPC ਦੇ ਹੱਥਾਂ 'ਚ ਸਾਰਾ ਕੁਛ ਕੰਮ ਆ ਗਿਆ ਹੁਣ ਚੱਲੇ ਤਾਂ ਕੌਂਕੇ ਦੇ ਕਾਤਲਾਂ ਨੂੰ ਕਾਰਵਾਈ ਕਰਾਉਣ ਦੇ ਲਈ, ਕੀ ਮੰਨਦੇ ਆ ਕਿ ਉਹ ਆਪਣਾ ਰੋਲ ਸਹੀ ਤਰੀਕੇ ਨਾਲ ਅਦਾ ਕਰ ਦੇਣਗੇ? ਇਹ ਪਹਿਲਾ ਜਥੇਦਾਰ ਹੈ ਜੀ, ਕੋਈ ਉਸ ਤੋਂ ਬਾਅਦ ਜਥੇਦਾਰ ਕੋਈ ਬੋਲਿਆ ਨਹੀਂ ਇਸ ਬਾਰੇ। ਅਕਾਲ ਤਖ਼ਤ ਦੇ ਜਥੇਦਾਰ ਸਾਰੇ ਖਾਮੋਸ਼ ਰਹੇ, ਕੋਈ ਵੀ ਨਹੀਂ ਬੋਲਿਆ, ਜਿਹੜਾ ਸਾਨੂੰ ਬਹੁਤ ਅਫਸੋਸ ਨਾਲ ਕਰਨਾ ਪੈਂਦਾ ਕਿ ਇੱਕ ਉਹਨਾਂ ਦਾ ਜਥੇਦਾਰ ਇਸ ਤਰ੍ਹਾਂ ਟੋਟੇ ਟੋਟੇ ਕਰਕੇ ਵੱਢ ਕੇ ਸਿੱਟ ਦਿੱਤਾ ਹੋਵੇ, ਅਤੇ ਕਿਸੇ ਵੀ ਅਕਾਲ ਤਖ਼ਤ ਦੇ ਜਥੇਦਾਰ ਨੇ ਆਪਣੀ ਜ਼ਬਾਨ ਦੇ ਨਾਲ ਇਹ ਬਿਆਨ ਨਹੀਂ ਦਿੱਤਾ, ਨਾ ਅਫਸੋਸ ਕੀਤਾ ਹੈਗਾ, ਨਾ ਕਦੇ ਉਹਨਾਂ ਦੀ ਬਰਸੀ 'ਤੇ ਗਏ ਹੈ, ਨਾ ਉਹਨਾਂ ਦੇ ਭੋਗ 'ਤੇ ਗਏ ਹੈ। ਯਾਨੀ ਰਘਵੀਰ ਸਿੰਘ ਹੋਣਾ ਦਾ ਕੰਮ ਸ਼ਲਾਘਾ ਜੋਗਾ ਜਿਹੜਾ ਹੁਣ ਇਹਨਾਂ ਨੇ ਕੀਤਾ ਹੈ ਜਥੇਦਾਰ ਕੌਂਕੇ ਦੇ ਮਾਮਲੇ ਦੇ ਵਿੱਚ? ਹਾਂ, ਦੇਰ ਆਏ ਅਤੇ ਦਰੁਸਤ ਆਏ, ਠੀਕ ਵਧੀਆ ਕਰ। ਤੁਸੀਂ ਆਪਣੇ ਸਾਹਿਬ ਦੇ ਕੋਈ ਕਰਨ ਜਾ ਰਹੇ ਜੀ, ਕੋਈ ਐਜੀਟੇਸ਼ਨ ਜਾਂ ਕੁਛ ਇਸ ਤਰ੍ਹਾਂ? ਮੈਂ ਤਾਂ ਜੀ ਬਹੁਤ ਕੁਛ ਕੀਤਾ, ਤੁਹਾਨੂੰ ਸੁਣਾ ਤਾਂ ਦਿੱਤਾ ਹੈ। ਫਰਦਰ ਜੇ ਤੁਹਾਡੀ ਅਮਦਾਦ ਹੋਊਗੀ ਤਾਂ ਮੈਂ ਜ਼ਰੂਰ ਕਰ ਦੂੰਗਾ। ਇਹ ਮਾਨ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਨੇ ਇਹ ਦਾਅਵਾ ਕਰਦੇ ਨੇ ਕਿ ਸਾਡੇ ਵੱਲੋਂ ਬੰਦੀ ਸਿੰਘਾਂ ਲਈ ਵੱਡਾ ਸੰਘਰਸ਼ ਕੀਤਾ ਜਾ ਰਿਹਾ ਸੀ, ਮਾਰਚ ਵੀ ਕੱਢਣਾ ਸੀ, ਪਰ ਹੁਣ BJP ਨਾਲ ਸਮਝੌਤੇ ਦੀਆਂ ਖਬਰਾਂ ਵੀ ਆ ਰਹੀਆਂ ਨੇ,
ਤੇ ਲੱਗਦਾ ਵੀ ਜੇ ਬੀਜੇਪੀ ਨਾਲ ਸਮਝੌਤਾ ਹੁੰਦਾ ਤਾਂ ਫਿਰ ਇਹ ਜਿਹੜੀ ਗੱਲ ਹੈ ਕਿਸੇ ਸਿਰੇ ਲੱਗੂਗੀ। ਇਹ ਜਿਹੜਾ 20 ਤਰੀਕ ਨੂੰ ਇਹਨਾਂ ਨੇ ਬੰਗਲਾ ਸਾਹਿਬ ਤੋਂ ਮਾਰਚ ਕਰਨਾ ਸੀਗਾ ਅਤੇ ਪਾਰਲੀਮੈਂਟ 'ਚ ਜਾਣਾ ਸੀਗਾ, ਅਸੀਂ ਤਿਆਰੀ ਸੀਗੀ, ਪਾਰਲੀਮੈਂਟ ਸੈਸ਼ਨ ਸੀਗਾ, ਮੈਂ ਦਿੱਲੀ ਸੀਗਾ, ਅਸੀਂ ਆਪਣੇ ਬੰਦੇ ਮੰਗਾ ਲਏ ਸੀਗੇ ਅਤੇ ਜਿਹੜੇ ਜਿਹੜੇ ਬੰਦੀ ਫੋਟੋ ਹੈ ਅਤੇ ਜਿਹੜੇ ਜਿਹੜੇ ਸਿੱਖ ਕੈਨੇਡਾ ਪਾਕਿਸਤਾਨ UK ਹਰਿਆਣੇ ਅਤੇ ਪੰਜਾਬ ਦੇ ਵਿੱਚ ਸੈਂਟਰ ਦੀ ਸਰਕਾਰ ਨੇ ਮਰਵਾਏ ਹੈ, ਅਸੈਸੀਨੇਟ ਕੀਤੇ ਹੈ, ਉਹਨਾਂ ਦੇ ਵੱਡੇ ਵੱਡੇ ਬੋਰਡ ਪਿਕਚਰਸ ਵੀ ਸੀਗੀਆਂ। ਸਾਡੀਆਂ ਸਾਰੀਆਂ ਤਿਆਰੀਆਂ ਸੀ ਪਰ ਸਾਡੀਆਂ ਤਿਆਰੀਆਂ ਦੇ ਉੱਤੇ ਪਾਣੀ ਪੈ ਗਿਆ ਜਦੋਂ ਆਖਰੀ ਮੌਕੇ ਦੇ ਉੱਤੇ ਸਪੀਚ ਨੇ ਕੈਂਸਲ ਕਰਤਾ ਕਿ ਸਾਡੀ ਗੱਲਬਾਤ BJP ਦੇ ਨਾਲ ਹੋ ਰਹੀ ਹੈ, ਇਸ ਕਰਕੇ BJP ਨੇ ਕਿਹਾ ਕਿ ਤੁਸੀਂ ਅਜੇ ਠਹਿਰੋ ਅਤੇ ਅਜੇ ਮਤ ਕਰੋ, ਜਿਹੜਾ ਕਿ ਇਹ ਬਹੁਤ ਮਾੜੀ ਗੱਲ ਕੀਤੀ ਗਈ।